ਪੰਜਾਬ ਦੀ ਕਾਂਗਰਸ ਸਰਕਾਰ ਦੇ ਕਾਰਜਕਾਲ ਨੂੰ ਭਲੇ ਹੀ 1 ਸਾਲ ਦਾ ਵੱਡਾ ਸਮਾਂ ਬੀਤ ਗਿਆ ਹੋਵੇ, ਪਰ ਜ਼ਮੀਨੀ ਹਕੀਕਤ ਵਿੱਚ ਇਸ ਸਰਕਾਰ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਤਸਵੀਰ ਬਿਆਨ ਕਰਦੀ ਹੈ। ਬੇਸ਼ੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੂਬੇ ਦੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਐਲਾਨ ਕੀਤਾ ਸੀ ਅਤੇ ਵੱਖ ਵੱਖ ਸਮਾਗਮਾਂ ਦੌਰਾਨ ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ ਵੀ ਕੀਤੇ ਗਏ, ਪਰ ਅਸਲ ਵਿੱਚ ਅਜੇ ਵੀ ਕਿਸਾਨਾਂ ਵੱਲੋਂ ਕਰਜ਼ੇ ਦੇ ਬੋਝ ਹੇਠਾਂ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸੂਬਾ ਸਰਕਾਰ ਅਜੇ ਤੱਕ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਕੋਈ ਵੀ ਵੱਡਾ ਕੰਮ ਨਹੀਂ ਕਰ ਸਕੀ ਅਤੇ ਨਾ ਹੀ ਚੋਣ ਮੈਨੀਫੈਸਟੋ ਮੁਤਾਬਿਕ ਬੇਰੁਜ਼ਗਾਰਾਂ ਨੂੰ 2,500 ਰੁਪਏ ਬੇਰੁਜ਼ਗਾਰੀ ਭੱਤਾ ਜਾਰੀ ਕਰ ਸਕੀ ਹੈ। ਮਹਿਲਾਵਾਂ ਵਿੱਚ ਵੀ ਸਰਕਾਰ ਪ੍ਰਤੀ ਕਈ ਕਾਰਨਾਂ ਤੋਂ ਨਾਰਾਜ਼ਗੀ ਵੇਖਣ ਨੂੰ ਮਿਲ ਰਹੀ ਹੈ। ਮਹਿਲਾਵਾਂ ਦਾ ਮੰਨਣਾ ਹੈ ਕਿ ਇੱਕ ਤਾਂ ਸਰਕਾਰ ਵੱਲੋਂ ਬੱਚਿਆਂ ਨੂੰ ਰੁਜ਼ਗਾਰ ਦੇ ਸਾਧਨ ਮੁਹੱਈਆ ਨਹੀਂ ਕਰਵਾਏ ਗਏ ਅਤੇ ਦੂਜਾ ਸਰਕਾਰ ਨੇ ਸ਼ਰਾਬ ਦੀ ਕੀਮਤਾਂ ਵਿੱਚ ਕੀਤੀ ਕਮੀ ਨਾਲ ਹੋਰ ਹਾਲਾਤਾਂ ਨੂੰ ਵੀ ਖਰਾਬ ਕਰ ਦਿੱਤਾ ਹੈ। ਪਿਛਲੇ 1 ਸਾਲ ਤੋਂ ਜਦੋਂ ਦੀ ਵੀ ਕੈਪਟਨ ਸਰਕਾਰ ਬਣੀ ਹੈ, ਕਾਂਗਰਸ ਸਰਕਾਰ ਰਾਜ ਵਿੱਚ ਆਈ ਹੈ, ਨਸ਼ੇ ਦੀ ਪ੍ਰੋਬਲਮ ਉਸ ਤਰ੍ਹਾਂ ਦੀ ਉਸ ਤਰ੍ਹਾਂ ਹੀ ਪੰਜਾਬ ਵਿੱਚ ਬਰਕਰਾਰ ਹੈ। ਔਰ ਮੈਂ ਪਠਾਨਕੋਟ ਨਿਵਾਸੀ ਹਾਂ ਔਰ ਮੈਂ ਪਠਾਨਕੋਟ ਹੀ ਇੱਕ ਐਸਾ ਡਿਸਟ੍ਰਿਕਟ ਹੈ ਜਿੱਥੇ ਨਸ਼ੇ ਦਾ ਵਪਾਰ ਬੜੇ ਜ਼ੋਰੋ ਸ਼ੋਰਾਂ ਨਾਲ ਚੱਲ ਰਿਹਾ ਹੈ। ਔਰ ਮੈਂ ਇੱਕ ਮੈਸੇਜ ਦੇਣਾ ਚਾਹਾਂਗੀ ਅੱਜ ਦੇ ਯੂਥ ਨੂੰ ਕਿ ਉਹ ਨਸ਼ੇ ਵੱਲ ਆਪਣਾ ਧਿਆਨ ਕੇਂਦਰਿਤ ਨਾ ਕਰਨ ਔਰ ਉਸ ਤੋਂ ਜ਼ਿਆਦਾ ਅੱਛਾ ਆਪਣੀ ਸਟੱਡੀਜ਼ ਵੱਲ ਔਰ ਹੋਰ ਐਕਟੀਵਿਟੀਜ਼ ਵੱਲ ਆਪਣਾ ਧਿਆਨ ਦੇਣ। ਪਠਾਨਕੋਟ ਦੇ MLA ਸਾਹਿਬ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਨਸ਼ੇ ਦਾ ਵਪਾਰ ਇੱਥੋਂ ਬੰਦ ਕਰਾਉਣ ਦੀ ਜਲਦ ਕੋਸ਼ਿਸ਼ ਕਰਨ ਔਰ ਇਹਦੇ 'ਚ ਪੁਲਿਸ ਇੰਟਰਵੈਂਸ਼ਨ ਵੀ ਹੋਣੀ ਚਾਹੀਦੀ ਹੈ ਕਿਉਂਕਿ ਪੁਲਿਸ ਨੂੰ ਬਹੁਤ ਸਟ੍ਰਿਕਟ ਹੋਣ ਦੀ ਜ਼ਰੂਰਤ ਹੈ ਇਸ ਮਾਮਲੇ ਵਿੱਚ, ਕਿਉਂਕਿ ਜੇ ਕੋਈ ਵੀ ਨਾਗਰਿਕ ਅੱਗੇ ਆਏਗਾ ਤਾਂ ਹੋ ਸਕਦਾ ਉਹਦੀ ਜਾਨ ਵੀ ਖਤਰੇ 'ਚ ਪੈ ਸਕਦੀ ਹੈ। ਔਰ ਇੱਕ ਮੈਨੂੰ ਇੰਨਾ ਯਾਦ ਹੈ ਕਿ ਜਦੋਂ ਕੈਪਟਨ ਸਰਕਾਰ ਨੇ ਆਪਣੀ ਇਹਦਾ ਪ੍ਰੋਪੋਗੈਂਡਾ ਕੀਤਾ ਸੀਗਾ, ਆਪਣੀ ਵੋਟਸ ਮੰਗੇ ਸੀ ਲੋਕਾਂ ਤੋਂ, ਤਾਂ ਉਹਨਾਂ ਦਾ ਇੱਕ ਹੈ ਮੇਨ ਮੁੱਦਾ ਸੀਗਾ ਕਿ ਇੱਥੋਂ ਚਿੱਟਾ, ਇੱਥੋਂ ਨਸ਼ਾ ਪੰਜਾਬ ਵਿੱਚੋਂ ਖਤਮ ਕੀਤਾ ਜਾਏਗਾ, ਪਰ ਉਹ ਅੱਜ ਤੱਕ ਉਹ ਨਹੀਂ ਹੋ ਪਾਇਆ। ਔਰ ਬਲਕਿ ਕੱਲ੍ਹ ਤੋਂ ਮੇਰੀ ਨੌਲੇਜ ਵਿੱਚ ਜੋ ਹੈ ਕਿ ਸ਼ਰਾਬ ਵੀ ਸਸਤੀ ਕਰ ਦਿੱਤੀ ਗਈ ਹੈ, ਇਹਦੇ ਨਾਲ ਤਾਂ ਹੋਰ ਵੀ ਜ਼ਿਆਦਾ ਨਸ਼ਾ ਫੈਲਣ ਦੀ ਉਮੀਦ ਹੈ ਔਰ ਜੋ ਇੱਕ ਬਹੁਤ ਹੀ ਗਲਤ ਚੀਜ਼ ਹੈ ਸੁਸਾਇਟੀ ਦੇ ਵਿੱਚ। ਉਹਦੇ ਨਾਲ ਜਿੰਨਾ ਕੁ ਨਸ਼ਾ ਸਸਤਾ ਹੋਈ ਜਾਏਗਾ ਓਨਾ ਹੀ ਲੋਕ ਜ਼ਿਆਦਾ ਇਹਨੂੰ ਕਰਨ ਦੀ ਕੋਸ਼ਿਸ਼ ਕਰਨਗੇ ਅਤੇ ਮਿਹਨਤਕਸ਼ ਲੋਕ ਆਪਣੀ ਜ਼ਿਆਦਾਤਰ ਕਮਾਈ ਸ਼ਰਾਬ ਤੇ ਹੀ ਖਰਚ ਕਰਨਗੇ। ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਚੋਣਾਂ ਤੋਂ ਪਹਿਲਾਂ ਵਿਧਾਇਕ ਅਮਿਤ ਵਿਜ ਨੇ ਪਠਾਨਕੋਟ ਵਿੱਚ ਇੰਡਸਟਰੀ ਲਗਵਾਉਣ ਦੇ ਵੱਡੇ ਵੱਡੇ ਦਾਅਵੇ ਕੀਤੇ ਸਨ, ਪਰ ਸਾਲ ਬੀਤਣ ਦੇ ਮਗਰੋਂ ਵੀ ਇੰਡਸਟਰੀ ਲਗਾਉਣ ਦਾ ਨਾਮੋ ਨਿਸ਼ਾਨ ਨਹੀਂ ਦਿਖਾਈ ਦੇ ਰਿਹਾ। ਲੋਕਾਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਵਿਧਾਇਕ ਅਮਿਤ ਵਿਜ ਅਤੇ ਸਾਂਸਦ ਸੁਨੀਲ ਜਾਖੜ ਇੰਜ ਤਾਂ ਸ਼ਹਿਰ ਦੀ ਮੁੱਖ ਟ੍ਰੈਫਿਕ ਸਮੱਸਿਆ ਦਾ ਕਾਰਨ ਬਣੀ ਨੈਰੋਗੇਜ ਰੇਲਵੇ ਲਾਈਨ ਨੂੰ ਸ਼ਹਿਰ ਤੋਂ ਬਾਹਰ ਕੱਢਣ ਦੇ ਵੱਡੇ ਵੱਡੇ ਦਾਅਵੇ ਕਰਦੇ ਹਨ, ਪਰ ਸਾਲ ਬੀਤਣ ਮਗਰੋਂ ਵੀ ਸੱਚਾਈ ਲੋਕਾਂ ਦੇ ਸਾਹਮਣੇ ਹੈ। ਤਕਰੀਬਨ 1 ਸਾਲ ਹੋ ਗਿਆ ਆਪਣੀ ਕਾਂਗਰਸ ਦੀ ਸਰਕਾਰ ਬਣਿਆ, ਬਟ ਇੱਕ ਸਾਲ 'ਚ ਜੋ ਸਰਕਾਰ ਨੇ ਪੋਲੀ ਪਾਲੀ ਜਨਤਾ ਦੇ ਨਾਲ ਜੋ ਕਮਿਟਮੈਂਟ, ਜੋ ਵਾਅਦੇ ਕੀਤੇ ਸੀ, ਹਾਲੇ ਤੱਕ ਉਹ ਨਜ਼ਰ ਨਹੀਂ ਆ ਰਹੇ। ਸਭ ਤੋਂ ਪਹਿਲਾ ਮੁੱਦਾ ਤਾਂ ਅਸੀਂ ਦੇਖੀਏ ਕਿਸਾਨੀ ਦਾ। ਪੰਜਾਬ 'ਚ ਕਿਸਾਨਾਂ ਦੇ ਅਸੀਂ ਪੜ੍ਹਦੇ ਰਹਿੰਦੇ ਵੀ ਕਿਸਾਨ ਜਿਹੜੇ ਨੇ ਉਹ ਆਪਣੇ ਸ਼ਿਕਾਰ ਹੋ ਰਹੇ ਨੇ, ਜਿੱਦਾਂ ਕਰਜ਼ੇ ਥੱਲੇ ਦੱਬੇ ਦੇ ਨੇ, ਸੁਸਾਈਡ ਕਰ ਰਹੇ ਨੇ, ਆਤਮ ਹੱਤਿਆ ਕਰ ਰਹੇ ਨੇ। ਔਰ ਮੇਰੇ ਖਿਆਲ 'ਚ ਸਰਕਾਰ ਨੂੰ ਇਨੀਸ਼ੀਏਟ ਲੈਣਾ ਚਾਹੀਦਾ ਉਹਨਾਂ ਦੇ 'ਤੇ, ਕਿਉਂਕਿ ਜਿਹੜੇ ਕਿਸਾਨ ਨੇ ਉਹ ਸਾਡੇ ਅੰਨਦਾਤਾ ਨੇ। ਅਗਰ ਕਿਸਾਨ ਨਾ ਹੋਣ ਤਾਂ ਮੇਰੇ ਖਿਆਲ 'ਚ ਅਗਰ ਅੰਨ ਹੀ ਨਹੀਂ ਬੀਜਣਗੇ ਕਿਸਾਨ ਤਾਂ ਸਾਨੂੰ ਰੋਟੀ ਕਿੱਥੋਂ ਮਿਲੇਗੀ। ਅਤੇ ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ, ਉਹਨਾਂ ਦੇ ਕਰਜ਼ੇ ਮੁਆਫ ਕਰਨੇ ਚਾਹੀਦੇ ਨੇ। ਔਰ ਉਹਨਾਂ ਮਤਲਬ ਹੁਣ ਤਾਂ ਐਸਾ ਹੋ ਗਿਆ ਵੀ ਉਹ ਜ਼ਮੀਨੀ ਸਤਰ ਤੋਂ ਵੀ ਖਤਮ ਹੋ ਗਏ ਨੇ। ਲੋਕਾਂ ਦਾ ਮੰਨਣਾ ਹੈ ਕਿ ਬੇਸ਼ੱਕ ਪੰਜਾਬ ਸਰਕਾਰ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੀ, ਪਰ ਫਿਰ ਵੀ ਸੂਬੇ ਦੀ ਕੈਪਟਨ ਸਰਕਾਰ ਤੋਂ ਲੋਕਾਂ ਨੂੰ ਉਮੀਦ ਹੈ ਅਤੇ ਜਲਦ ਹੀ ਸਰਕਾਰ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰੇਗੀ। ਕਾਂਗਰਸ ਸਰਕਾਰ ਦਾ ਪੰਜਾਬ ਦੇ ਵਿੱਚ ਆਏ ਹੋਏ 1 ਸਾਲ ਕੱਲ੍ਹ ਪੂਰਾ ਹੋ ਰਿਹਾ ਹੈ, ਅਤੇ ਜਿਹੜਾ ਪਿਛਲੇ 1 ਸਾਲ ਦੇ ਵਿੱਚ ਜਦੋਂ ਕਾਂਗਰਸ ਸਰਕਾਰ ਨੇ ਸੱਤਾ ਹਾਸਲ ਕਰਨੀ ਸੀ, ਜਿੰਨੇ ਵੀ ਵਾਅਦੇ ਆਪਣੇ ਕੀਤੇ ਸੀ ਸੱਤਾ ਨੂੰ ਹਾਸਲ ਕਰਨ ਵਾਸਤੇ,
ਲੋਕਾਂ ਨੂੰ ਝੂਠੇ ਲਾਰੇ ਦਿਖਾਏ ਸੀਗੇ, ਪਰ ਇੱਕ ਸਾਲ ਬੀਤਣ ਤੋਂ ਬਾਅਦ ਵੀ ਉਹਨਾਂ ਦੇ ਵਾਅਦੇ ਕੀਤੇ ਗਏ ਵਾਅਦਿਆਂ ਦੇ ਵਿੱਚੋਂ ਇੱਕ ਵਾਅਦਾ ਵੀ ਪੂਰਾ ਨਹੀਂ ਹੋਇਆ।